ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ ਜੀਹਾਂ ਰੀਸੈਂਟਲੀ ਗਿੱਪੀ ਗਰੇਵਾਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਨਵਾਂ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ ਦੇ ਵਿੱਚ ਗਿੱਪੀ ਗਰੇਵਾਲ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਰਿਲੀਜ਼ ਡੇਟ ਦੱਸਦੀ ਹੈ ਕਿ ਇੱਕ ਨਵੇਂ ਪੋਸਟਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਸਾਂਝੀ ਕੀਤੀ ਗਈ ਹੈ ਤੇ ਗਿੱਪੀ ਗਰੇਵਾਲ ਦੇ ਵੱਲੋਂ ਪੋਸਟਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਅਰਦਾਸ ਸਰਬੱਤ ਦੇ ਭਲੇ ਦੀ 3rd ਫ੍ਰੈਂਚਾਈਜ਼ੀ ਆਫ ਅਰਦਾਸ ਰੀਲੀਜ਼ਿੰਗ ਵਰਲਡਵਾਈਡ ਇਨ ਸਿਨੇਮਾਸ ਔਨ 13th ਸਪਟੈਂਬਰ 2024 ਵੈਲ ਦਸ ਦੀ ਇੱਕ ਕੀ ਗਿੱਪੀ ਗਰੇਵਾਲ ਦੇ ਵੱਲੋਂ ਇਸ ਪੋਸਟਰ ਨੂੰ ਸਾਂਝਾ ਕੀਤਾ ਗਿਆ ਤੇ ਗਿੱਪੀ ਗਰੇਵਾਲ ਦੇ ਵੱਲੋਂ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਰੀਲੀਜ਼ ਡੇਟ ਵੀ ਸਾਂਝੀ ਕਰ ਦਿੱਤੀ ਗਈ ਹੈ ਉਥੇ ਹੀ ਜੇਕਰ ਗੱਲ ਕਰੀਏ ਇਸ ਫਿਲਮ ਦੇ ਕ੍ਰੈਡਿਟਸ ਦੀ ਤੇ ਇਸ ਫਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਦੇ ਵੱਲੋਂ ਹੀ ਲਿਖਿਆ ਗਿਆ ਤੇ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੂੰ ਡਾਇਰੈਕਟ ਵੀ ਗਿੱਪੀ ਗਰੇਵਾਲ ਨੇ ਕੀਤਾ ਹੈ ਦੀ ਅਰਦਾਸ ਸਰਬਤ ਦੇ ਭਲੇ ਦੀ ਫਿਲਮ ਇਸ ਰਿਟਨ ਐਂਡ ਡਾਇਰੈਕਟਡ ਬਾਈ ਵਨ ਐਂਡ ਓਨਲੀ ਗਿੱਪੀ ਗਰੇਵਾਲ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਗਿੱਪੀ ਗਰੇਵਾਲ ਐਂਡ ਰਵਨੀਤ ਕੌਰ ਗਰੇਵਾਲ ਦੇ ਵੱਲੋਂ ਨਾਲ ਹੀ ਇਹਨਾਂ ਦਾ ਸਾਥ ਨਿਭਾਇਆ ਜੋਤੀ ਦੇਸ਼ ਪਾਂਡੇ ਕੁਮਾਰ ਮੰਗਟ ਪਾਠਕ ਅਭਿਸ਼ੇਕ ਪਾਠਕ ਐਂਡ ਦਿਵਯਾ ਧਮੀਜਾ ਨੇ ਫਿਲਮ ਦੇ ਕੋ-ਪ੍ਰੋਡਿਊਸਰ ਨੇ ਮੁਰਲੀਧਰ ਛਟਵਾਨੀ ਸੰਜੀਵ ਜੋਸ਼ੀ ਪਾਨਾ ਐਲ ਏ ਐਂਡ ਵਿਨੋਦਾ ਸਵਾਲ ਇਸ ਫਿਲਮ ਦੇ ਡੀਓਪੀ ਨੇ ਬਲਜੀਤ ਸਿੰਘ ਡੀਓ ਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ ਹਰਦੀਪ ਡੋਲ ਇਹ ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਸੋ ਇਸ ਫਿਲਮ ਨੂੰ ਵੇਖਣ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਵੈਲ ਦੱਸਦੀ ਹੈ ਕਿ ਫਿਲਮ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ, ਗੁਰਪ੍ਰੀਤ ਖੁੱਗੀ, ਜੈਸਮਿਨ ਬਸੇਨ, ਪ੍ਰਿੰਸ ਕਬਲਜੀਤ ਸਿੰਘ, ਰਗਵੀਰ ਬੋਲੀ ਤੇ ਹੋਰ ਕਈ ਸਾਰੇ ਮਜ਼ੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ ਸੋ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਵੇਖਣ ਲਈ ਕਮੈਂਟ ਕਰਕੇ ਜ਼ਰੂਰ ਦੱਸੋ ਅਰਦਾਸ ਤੇ ਅਦਾਸ ਕਰਾਂ ਫਿਲਮ ਨੇ ਲੋਕਾਂ ਦਾ ਬੇਸ਼ੁਮਾਰ ਪਿਆਰ ਖਟਿਆ ਇਹਨਾਂ ਫਿਲਮਾਂ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਇੰਪ੍ਰੈਸ ਕੀਤਾ ਤੇ ਲੋਕਾਂ ਨੂੰ ਇਹ ਫਿਲਮਾਂ ਕਾਫੀ ਪਸੰਦ ਵੀ ਆਈਆਂ ਸੋਸ਼ਲ ਇਸ਼ੂਜ਼ ਦੇ ਨਾਲ ਨਾਲ ਫਿਲਮ ਨੇ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਤੇ ਨਾਲ ਹੀ ਫਿਲਮ ਤੋਂ ਇੱਕ ਪੋਜ਼ਿਟਿਵ ਮੈਸੇਜ ਵੀ ਮਿਲਿਆ ਕਿ ਅਰਦਾਸ ਕਰਨ ਦੇ ਨਾਲ ਸਭ ਦਾ ਭਲਾ ਹੁੰਦਾ ਹੈ ਸੋ ਹੁਣ ਇਸ ਵਾਰ ਅਰਦਾਸ ਹੈ ਸਰਬੱਤ ਦੇ ਭਲੇ ਦੀ ਦੇਖਦੇ ਹਾਂ ਫਿਲਮ ਦੇ ਵਿੱਚ ਕੀ ਕੁਝ ਖਾਸ ਹੁੰਦਾ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਜੀਓ ਸਟੂਡੀਓਜ਼ ਹੰਬਲ ਮੋਸ਼ਨ ਪਿਕਚਰਸ ਐਂਡ ਪੈਨੋਰਮਾ ਸਟੂਡੀਓਜ਼ ਇਹ ਫਿਲਮ ਦੀ ਪਰਟੀਕੂਲਰ ਰੀਲੀਜ਼ ਡੇਟ ਹੈ 13 ਸਪਟੈਂਬਰ 2024 ਯਾਨੀ ਕਿ ਇਸ ਸਾਲ 13 ਸਪਟੈਂਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਸਿਨੇਮਾ ਕਰਾਂ ਚ ਦਸਤਕ ਦੇਵੇਗੀ ਕਿੰਨੇ ਐਕਸਾਈਟਡ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ ਇਸ ਤੋਂ ਇਲਾਵਾ ਪਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ